ਸਸਗੇਵੇਂ ਸਾਰੇ ਦੋਸਤੋ ਕੀ ਹਾਲ ਨੇ ਜੀ ਮੀਰਕਾ ਦਾ ਬਿਲਕੁਲ ਠੀਕ ਹੋਵੋਗੇ ਤੇ ਪੰਜਾਬ ਪੁਰਸਾਰੇ ਕੈਂਡੀਡੇਟ ਆ ਜਿਹੜੇ ਬੇਟਿੰਗ ਲਿਸਟ ਵਾਲੇ ਤਾਂ ਜੁਆਇਨ ਗਾਲੇ ਆ ਉਹਨਾਂ ਬੱਚਿਆਂ ਨੇ ਨੇ ਮਿਲ ਕੇ ਨਾ ਇੱਕ ਉਹ ਬਣਾਇਆ ਹੋਇਆਗਾ ਮੰਗ ਪੱਤਰ ਜਿਹੜੇ ਜਿਹੜੇ ਕਿ ਆਪਦੇ ਹਲਕੇ ਦੇ ਐਮਐਲਏ ਨੂੰ ਦੇ ਰਹੇ ਆ ਕਿਉਂਕਿ ਵੋਟਾਂ ਕਰਕੇ ਹੁਣ ਸਾਰੇ ਕਿਤੇ ਨਾ ਕਿਤੇ ਤਾਂ ਆ ਰਹੇ ਆ ਠੀਕ ਹੈ ਜੀ ਤਾਂ ਉਹ ਚੀਜ਼ ਨੂੰ ਦੇ ਕੇ ਉਹਨਾਂ ਬੱਚਿਆਂ ਨੇ ਮੈਨੂੰ ਐਪਲੀਕੇਸ਼ਨ ਸੈਂਡ ਕੀਤੀ ਸੀ ਹੋ ਗਏ ਬੱਚਿਆਂ ਨੂੰ ਤਿੰਨ ਚਾਰ ਦਿਨ ਸੈਂਡ ਕੀਤੇ ਨੂੰ ਪਰ ਮੇਰੇ ਕੋਲ ਟਾਈਮ ਨਹੀਂ ਸੀ ਤੇ ਅੱਜ ਟਾਈਮ ਲੱਗਿਆ ਤੇ ਮੈਂ ਜ਼ਰੂਰ ਤੁਹਾਨੂੰ ਇਹ ਵੀਡੀਓ ਦੱਸੂਗਾ ਕਿ ਹਿਸਾਬ ਕਿਤਾ ਠੀਕ ਹੈ ਜੀ ਕੀ ਕੀ ਮੰਗ ਪੱਤਾ ਮੰਗ ਪੱਤਰ ਰੱਖਿਆ ਤੇ ਕੀ ਕੀ ਉਹਨਾਂ ਸਟੂਡੈਂਟਾਂ ਦੀਆਂ ਡਿਮਾਂਡਾਂ ਆਈਆਂ ਇਹ ਚੀਜ਼ ਹੋਣਾ ਹੈ ਕੀ ਠੀਕ ਹੈ ਜੀ ਤੇ ਚਲੋ ਹੁਣ ਦਿਖਾਉਣਾਗਾ ਪੰਜਾਬ ਪੁਲਿਸ ਵਾਲੇ ਕੈਂਡੀਡੇਟ ਨੇ ਰੱਖਿਆ ਮੰਗ ਪੱਤਰ ਵਿੱਚ ਸ਼ਰਤਾਂ ਸਾਰੇ ਕੈਂਡੀਡੇਟਾਂ ਦੀਆਂ ਸ਼ਰਤਾਂ ਵੇਖ ਲੈਣਾ ਵੈਸੇ ਤਾਂ ਸਾਰੇ ਕੈਂਡੀਡੇਟ ਆ ਜਿਹੜੇ ਉਹ ਆਪਦੇ ਆਪ ਦੇ ਹਲਕੇ ਦੇ ਐਮਐਲਏ ਨੂੰ ਇੱਥੇ ਉਹਦਾ ਨਾਮ ਲਿਖ ਕੇ ਠੀਕ ਹੈ ਜੀ ਇੱਥੇ ਪਾਰਟੀ ਲਿਖ ਕੇ ਤੇ ਤੇ ਹਲਕਾ ਲਿਖ ਕੇ ਉਹਨਾਂ ਨੂੰ ਦੇ ਸਕਦੇ ਕਿਉਂਕਿ ਵੋਟਾ ਕਰਕੇ ਸਾਰੇ ਘਰੋਂ ਘਰੀ ਆ ਰਹੇ ਆ ਹੋਣਾ ਇਹਦੇ ਵਿੱਚ ਜੁਆਇਨਿੰਗ ਲੈਟ ਵਾਲੇ ਬੱਚਿਆਂ ਦੇ ਵੀ ਫਾਇਦਾ ਜਿੰਨੇ ਜੁਆਇਨਿੰਗ ਲੈਣੀ ਹੈ ਬੇਟਿੰਗ ਲਿਸਟ ਵਾਲੇ ਦੋਨਾਂ ਦਾ ਵੀ ਫਾਇਦਾ ਠੀਕ ਹੈ ਆਪਾਂ ਦਾ ਇਹ ਇੱਕ ਬੱਚੇ ਦੀ ਜੁਆਇਨਿੰਗ ਹੋ ਜੇ ਜਲਦੀ ਤੋਂ ਜਲਦੀ ਠੀਕ ਹੈ ਜੀ ਆਦੇ ਕੰਮ ਕਿਤੇ ਲੱਗਣਾ ਪੰਜਾਬ ਪਾਲਸ ਵਿੱਚ ਚੱਲ ਰਹੀ ਹੈ ਭਾਰਤੀਆਂ ਦੇ ਬੇਟਿੰਗ ਲਿਸਟ ਜਾਰੀ ਕਰਨ ਸੰਬੰਧੀ ਸਾਨੂੰ ਉਸ ਵਿਦਿਆਰਥੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਲੱਗ ਭੱਗ 30 ਹਜ਼ਾਰ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਸਮਾਂਤਰ ਚੱਲ ਰਹੀ ਹੈ ਕੁਝ ਅਸਾਮੀਆਂ ਦੇ ਪੇਪਰ ਰੱਦ ਹੋਏ ਹਨ ਉਹਨਾਂ ਲਈ ਹੀ ਟਲੀਕੇ ਕੁਝ ਗੱਲਾਂ ਧਿਆਨ ਦਿੱਤਾ ਜਾਵੇ ਸਭ ਤੋਂ ਪਹਿਲੀ ਗੱਲ ਪੰਜਾਬ ਵਿੱਚ ਚੱਲ ਰਹੀਆਂ ਸਾਰੀਆਂ ਭਾਰਤੀਆਂ ਕਰਮਵਾਰ ਅਰਜ਼ਾ ਮੁਤਾਬਕ ਕੀਤੀਆਂ ਜਾਣ ਕਹਿੰਦਾ ਮਤਲਬ ਕਿ ਲੈਣੋ ਬਾਰ ਕਰੀਆਂ ਜਾਂ ਜਿਹੜੀਆਂ ਭਾਰਤੀਆਂ ਰੱਦ ਹੋਣਗੀਆਂ ਠੀਕ ਹੈ ਜੀ ਉਹਨਾਂ ਦਾ ਮਤਲਬ ਸਿਸਟਮ ਬਣਾਇਆ ਜਾਵੇ ਤਾਂ ਉਹਨਾਂ ਜਲਦੀ ਜਲਦੀ ਪੇਪਰ ਲੈ ਕੇ ਉਹਨਾਂ ਬੱਚੇ ਨੂੰ ਵੀ ਜੁਆਇਨਿੰਗ ਦਿੱਤੀ ਜਾਵੇ ਨੰਬਰ 2 ਸਾਰੀਆਂ ਅਸਾਮੀਆਂ ਦੀ ਮੈਰਿਟ ਸੂਚੀ ਵਿੱਚ ਬਹੁਤ ਸਾਰੇ ਸਾਂਝੇ ਉਮੀਦਵਾਰ ਹਨ ਕਿਉਂਕਿ ਸਾਂਝੇ ਉਮੀਦਵਾਰ ਦਾ ਮਤਲਬ ਇਹ ਹੈ ਕਿ ਇੱਕ ਬੱਚਾ ਤਿੰਨ ਚਾਰ ਚਾਰ ਪੋਸਟਾਂ 'ਚ ਅਪਲਾਈ ਕਰੀ ਬੈਠਾ ਹੈ ਬੀਟਿੰਗ ਸੂਚੀ ਜਾਰੀ ਨਾ ਹੋਣ ਦੀ ਸੂਤ ਵਿੱਚ ਇਹ ਵਿਦਿਆਰਥੀ ਆਪਣੀ ਮਨਪਸੰਦ ਨੌਕਰੀ ਛੱਡ ਮਤਲਬ ਪੱਕਾ ਨਹੀਂ ਸੀ ਬਾਲਾ ਇਹਨਾਂ ਉਹ ਮੇਰਾ ਫਰੈਂਡ ਸੀ ਮੇਰਾ ਨੋਰਮਲ ਉਹਦੀ ਕੋਆਪਰੇਟਿਵ ਬੈਂਕ ਦੇ ਵਿੱਚ ਵੀ ਸਿਲੈਕਸ਼ਨ ਹੋ ਗਈ ਠੀਕ ਹੈ ਪੀਐਸਪੀਸੀਐਲ ਦੇ ਵਿੱਚ ਵੀ ਉਹ ਸਿਲੈਕਸ਼ਨ ਹੈ ਤੇ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਵੀ ਦਾ ਰੈਂਕ ਆਇਆ ਪਿਆ ਹੁਣ ਹੁਣ ਉਹਨਾਂ ਇਹਨਾਂ ਦੇ ਵਿੱਚੋਂ ਜਿਹੜੀ ਜੁਆਇਨਿੰਗ ਕੋਆਪਰੇਟਿਵ ਬੈਂਕ ਦੇ ਵਿੱਚ ਲੈ ਲਈ ਠੀਕ ਹੈ ਹੁਣ ਉਹ ਕਹਿੰਦਾ ਮੈਂ ਕੋਆਪਰੇਟਿਵ ਬੈਂਕ ਦੀ ਨੌਕਰੀ ਛੱਡੂੰਗਾ ਡਾਕੂਮੈਂਟ ਵੈਰੀਫਿਕੇਸ਼ਨ ਇੱਥੇ ਵੀ ਕਰਵਾਇਆ ਹੈ ਪੀਐਸਪੀਸੀਐਲ ਦੇ ਵਿੱਚ ਵੀ ਕਰਵਾਇਆ ਹੈ ਠੀਕ ਹੈ ਜੀ ਤੇ ਕਹਣਾ ਮੈਂ ਨੌਕਰੀ ਛੱਡੂਗਾ ਹੁਣ ਤੇ ਮੈਂ ਕੋਆਪਰੇਟ ਦੀ ਨੌਕਰੀ ਛੱਡੂਗਾ ਤੇ 55 ਦੇ ਵਿੱਚ ਜਾਊਗਾ ਇਹੋ ਜਿਹਾ ਕੰਮ ਬੱਚੋ ਪੁਲਿਸ ਨਾ ਕਰਿਆ ਕਰੋ ਤੁਹਾਡੇ ਅੱਗੇ ਬੇਨਤੀ ਹੈ ਹੁਣ ਜਿਹੜੀ ਆ ਕੋਆਪਰੇਟ ਬੈਂਕ ਦੇ ਵਿੱਚ ਜੋਬ ਛੱਡ ਕੇ ਜਾ ਰਿਹਾ ਇੱਥੇ ਕਿਸੇ ਇੱਕ ਵਿਦਿਆਰਥੀ ਹੋ ਦੀ ਅਡਜਸਟਮੈਂਟ ਹੋ ਜਾਂਦੀ ਉਹਦੇ ਪਰਿਵਾਰ ਦੀ ਜੀਵਨ ਸੁਧਰ ਜਾਂਦੀ ਕਿਉਂਕਿ ਨੌਕਰੀ ਲੋੜ ਹਰ ਇੱਕ ਬੱਚੇ ਨੂੰ ਹੈ ਤਾਂ ਇਹੋ ਜਿਹਾ ਕੰਮ ਪੁਲਿਸ ਨਾ ਕਰਿਆ ਕਰੋ ਇੱਕ ਹੋਰ ਸੀ ਉਹ ਕਹਿੰਦਾ ਅਸਤਾ ਕਹਿੰਦਾ ਪਤਾ ਨਹੀਂ ਕੀ ਕਰਨਾ ਹੁੰਦਾ ਬਸ ਪ੍ਰਭਾਵ ਹੀ ਪਾਉਣਾ ਦਾ ਬੱਚੇ ਕੋਈ ਪ੍ਰਭਾਵ ਵਾਲੀ ਗੱਲ ਨਹੀਂ ਹੈਗੀ ਇੱਕ ਸੇਮ ਸਟੈਂਡਿੰਗ ਦੀ ਨੌਕਰੀ ਹੈ ਕਲੈਰੀਕਲ ਦੇ ਕੰਮ ਉਧਰ ਹੈ ਕਲੈਰੀਕਲ ਦਾ ਕੰਮ ਪੀਐਸ ਪੀਐਸਪੀਸੀਐਲ ਦੇ ਵਿੱਚ ਹੈਗਾ ਠੀਕ ਹੈ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਤੁਸੀਂ ਜੇ ਤੁਸੀਂ ਪੰਗਾ ਲੈਣਾ ਹੈ ਨਾ ਯੂਪੀਐਸਸੀ ਦੇ ਵਿੱਚ ਲੋ ਜਾ ਤਾਂ ਜਾਂ ਪੀਸੀਐਸ ਦੇ ਵਿੱਚ ਲੋ ਜਾਂ ਪੀਪੀਐਸਸੀ ਦੇ ਵਿੱਚ ਲੋ ਉੱਥੇ ਜਾ ਕੇ ਪਤਾ ਲੱਗਦਾ ਹੁੰਦਾ ਕਿ ਆਪਾਂ ਕਿੰਨੇ ਕੁ ਹੋਵਾਂ ਜੇ ਆਪਾਂ ਚੰਗੇ ਸਕੂਲਾਂ 'ਚ ਪੜੇ ਹੋਏ ਆ ਮੰਨਦੇ ਤਾਂ ਨੰਬਰ ਵਧੀਆ ਆਗੇ ਹੋਣਗੇ ਜੋ ਕੋਈ ਸ਼ੱਕ ਵਾਲੀ ਗੱਲ ਨਹੀਂ ਮਿਹਨਤ ਕੀਤੀ ਹੈ ਤੁਸੀਂ ਵੀ ਪਰ ਆਪਦੀ ਮਿਹਨਤ ਨਾਲ ਕਿਸੇ ਬੱਚੇ ਨੂੰ ਨੁਕਸਾਨ ਨਾ ਕਰੋ ਠੀਕ ਹੈ ਜੀ ਤੇ ਚਲੋ ਅੱਗੇ ਚੱਲਦੇ ਹਾਂ ਪੰਜਾਬ ਦੀਆਂ ਸਾਰੀਆਂ ਸਾਮੀਆਂ ਲਈ ਨਿਯੁਕਤੀ ਤੋਂ ਪਹਿਲਾਂ ਰੈਜੀਸਟ੍ਰੇਸ਼ਨ ਸਰਟੀਫਿਕੇਟ ਲਾਜ਼ਮੀ ਕੀਤਾ ਜਾਵੇ ਠੀਕ ਹੈ ਜੀ ਕਿਉਂਕਿ ਪੰਜਾਬ ਦੀਆਂ ਸਾਮੀਆਂ ਵਿੱਚ ਬਹੁਤ سارے ਮੀਂਹਵਰ ਪੰਜਾਬ ਹਰਿਆਣਾ ਤੋਂ ਅਪਲਾਈ ਕਰ ਰਹੇ ਹਨ ਇਹ ਬੱਚੇ ਪਾਬੰਦੀ ਨਹੀਂ ਲੱਗ ਸਕਦੀ ਬਿਲਕੁਲ ਵੀ ਕਿਉਂ ਨਹੀਂ ਲੱਗ ਸਕਦੀ ਕਿਉਂਕਿ ਆਪਣੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਕੋਈ ਵੀ ਕੈਂਡੀਡੇਟ ਹੈਗਾ ਉਹ ਪੰਜਾਬ ਦੀ ਇੰਡੀਆ ਸਾਰਿਆਂ ਦਾ ਸਾਂਝਾ ਇੱਕ ਦੇਸ਼ ਹੈ ਇੰਡੀਆ ਆਪਣਾ ਭਾਰਤ ਦਾ ਸਾਂਝਾ ਹੈ ਆਪਾਂ ਕਿਤੇ ਵੀ ਜਾ ਕੇ ਅਪਲਾਈ ਕਰ ਸਕਦੇ ਹਾਂ ਪਰ ਅਪਲਾਈ ਕਰਨਾ ਮਤਲਬ ਕੀ ਹੈ ਕਿ ਉਹਨਾਂ ਦਾ ਕੋਟਾ ਲਿਮਿਟਡ ਕੀਤਾ ਜਾਵੇ ਇਹ ਗੱਲ ਲਿਖਣੀ ਚਾਹੀਦੀ ਹੈ ਆਪਾਂ ਨੂੰ ਕਿ ਉਹਨਾਂ ਦਾ ਕੋਟਾ ਲਿਮਿਟਡ ਕੀਤਾ ਜਾਵੇ ਜਾਂ 5% ਕੀਤਾ ਜਾਵੇ ਜਾਂ 2% ਕੀਤਾ ਜਾਵੇ ਠੀਕ ਹੈ ਕਿਉਂਕਿ ਹੁਣ ਉਹਨਾਂ ਦਾ ਕੋਈ ਕੋਟਾ ਨਹੀਂ ਹੋएगा ਹੁਣ ਜਿੰਨੇ ਜਨਰਲਿਕ ਬਗੇਸਿਕ ਉਹਦੇ ਵਿੱਚ ਕਾਊਂਟ ਕਰ ਲੈਣ ਇਹ ਚੀਜ਼ ਜਾਇਜ਼ ਆਏਗੀ ਠੀਕ ਹੈ ਪਰ ਜਮੇ ਹੀ ਨਹੀਂ ਉਹਨਾਂ ਦੀ ਭਰਤੀ ਹੋ ਸਕਦੀ ਇਹ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਹੈ ਨੰਬਰ 4 ਜਿਸ ਤਰ੍ਹਾਂ ਸਾਰੀਆਂ ਸਾਮੀਆਲੀ ਬੀਡਿੰਗ ਲਿਸਟ ਹੁੰਦੀ ਹੈ ਉਸੇ ਤਰ੍ਹਾਂ ਪੰਜਾਬ ਪੁਲਿਸ ਦੀ ਬੀਡਿੰਗ ਲਿਸਟ ਵੀ ਜਾਰੀ ਕੀਤੀ ਜਾਵੇ ਜੋ ਤਾਂ ਮੀਨਵਾਰ ਉਹਨ ਪੰਜਾਬ ਪੁਲਿਸ ਵਿੱਚ ਨਿਯੁਕਤੀ ਪੱਤਰ ਤੋਂ ਪਹਿਲਾਂ ਉਮੀਦਵਾਰਾਂ ਦਾ ਮੈਡੀਕਲ ਸਰਕਾਰੀ ਨਿਗਰਾਨੀ ਹੇਠ ਤੇ ਸੁਚਿੱਟੇ ਟੰਗ ਨਾ ਕਰਵਾਇਆ ਜਾਵੇ ਤੇ ਕਾਂਸਟੇਬਲ ਨਿਯੁਕਤੀ ਤੋਂ ਪਹਿਲਾਂ ਐਸਆਈ ਹੈੱਡ ਕਾਂਸਟੇਬਲ ਤੇ ਇਨਵੈਸਟੀਗੇਸ਼ਨ ਕੰਟਰ ਪੂਰਾ ਕੀਤਾ ਜਾਵੇ ਜੋ ਕੱਲ ਕਾਂਸਟੇਬਲ ਉਮੀਦਵਾਰ ਦਾ ਉਹਦਾ ਛੱਡ ਕੇ ਨਾ ਭਜੇ ਇਹ ਗੱਲ ਵੀ ਜਾਇਜ਼ ਹੈਗੀ ਠੀਕ ਹੈ ਜੀ ਤੇ ਜੋ ਸਾਬਕਾ ਸੈਨਿਕ ਡਬਲ ਪੈਨਸ਼ਨ ਲੈ ਰਹੇ ਹਨ ਉਹਨਾਂ ਦੀ ਦੂਸਰੀ ਪੈਨਸ਼ਨ ਮੈਡੀਕਲ ਪੈਨਸ਼ਨ ਹੈ ਜਿਸ ਕਰਕੇ ਉਹ ਬੈਟ ਫੋਰਸ ਵਿੱਚ ਡਿਊਟੀ ਲਈ ਯੋਗ ਨਹੀਂ ਹਨ ਜਿਸ ਲਈ ਪੰਜਾਬ ਪੁਲਿਸ ਸਿਪਾਹੀ ਦੀ ਭਰਤੀ ਪ੍ਰਕਿਰਿਆ ਵਿੱਚ ਪੀਪੀਓ ਡਾਕੂਮੈਂਟ ਚੈੱਕ ਕਰਕੇ ਹੀ ਭਰਤੀ ਕੀਤਾ ਜਾਵੇ ਠੀਕ ਹੈ ਜੀ ਇਹ ਫੌਜੀ ਵੀਰਾਂ ਦੀ ਹੈ ਤੇ ਚਲੋ ਜੀ ਇੱਥੇ ਆਪਣੇ ਸਿਗਨੇਚਰ ਕਰ ਦਿਓ ਜਿੰਨੇ ਵੀ ਕੈਂਡੀਡੇਟ ਹੈਗੇ ਉਹ ਤੇ ਆਪਦੇ ਹਲਕੇ ਦੇ ਕਿਸੇ ਵੀ ਐਮਐਲਏ ਜਾਂ ਐਮਪੀ ਜਾਂ ਕੋਈ ਵੀ ਹੁੰਦਾਗਾ ਉਹਨੇ ਇੱਕ ਵਾਰੀ ਇਹ ਆਉਣਾ ਮੰਗ ਪੱਤਰ ਦੇ ਦਿਓ ਠੀਕ ਹੈ ਜੀ ਤੇ ਇੱਕ ਨਾ ਬੱਚੇ ਜਿਹੜੇ ਬੱਚੇ ਕਿਸੇ ਦੀ ਸਿਲੈਕਸ਼ਨ ਹੋ ਜਾਂਦੀ ਹੈ ਨਾ ਕਲੈਰੀਕਲ ਦੀ ਜੌਬ ਦੇ ਵਿੱਚ ਹੋ ਗਈ ਤਾਂ ਹੋਰ ਕਲੈਰੀਕਲ ਜੌਬ ਨਾ ਛੱਡ ਕੇ ਜਾ ਕਰੋ ਯਾਰ ਤੁਹਾਨੂੰ ਇੱਕ ਗੱਲ ਦੱਸਦਾਗਾ ਆਪਣੇ ਦੇ ਯੂਨੀਵਰਸਿਟੀ ਦੇ ਵਿੱਚ ਪੋਸਟ ਆਈ ਸੀ ਇੱਕ ਲੜਕੀ ਸਿਲੈਕਸ਼ਨ ਹੋ ਗਈ ਇਹਦੇ ਵਿੱਚ ਦੇ ਮੇਰਾ ਇੱਕ ਫਰੈਂਡ ਸੀ ਉਹ ਵਿਚਾਰ ਇੱਕ ਨੰਬਰ ਤੇ ਇੱਕ ਦੋ ਨੰਬਰਾਂ ਦੇ ਰਿਹਾ ਕੋਈ ਉਹ ਕੁੜੀ ਦੇ ਪਿੱਛੇ ਨੰਬਰ ਸੀ ਉਹਦਾ ਤੇ ਉਹ ਲੜਕੀ ਨੇ ਕਿਹੜੀ ਕਲੈਰੀਕਲ ਦੀ ਜੌਬ ਤੇ ਯੂਨੀਵਰਸਿਟੀ ਰੂਲ ਹੁੰਦਾ 6 ਮਹੀਨੇ ਪਰ ਪੱਕਾ ਕਰਦਾ 6 ਮਹੀਨੇ ਪਰ ਪੱਕਾ ਕਰਦਾ ਬਾਅਦ ਵਿੱਚ ਟ੍ਰਿਪਲ ਐਸ ਰਿਪੋਰਟ ਦੀ ਜੌਬ ਆ ਗਈ ਉਹ ਲੜਕੀ ਨੇ ਉਹ ਜੌਬ ਛੱਡਤੀ ਕਲੈਰੀਕਲ ਦੀ ਉਧਰ ਭੱਗ ਗਈ ਉਧਰ ਵੀ ਜੌਬ ਕਲੈਰੀਕਲ ਦੀ ਸੀ ਠੀਕ ਹੈ ਤਾਂ ਜਿਹੜਾ ਉਹ ਬੱਚਾ ਇੱਕ ਬੱਚੇ ਦਾ ਜਿਹੜਾ ਇੱਕ ਨੰਬਰ ਤੇ ਰਿਹਾ ਉਹ ਵਿਚਾਰ ਅੱਜ ਵੀ ੱੱਕੇ ਖੰਦੇ ਤੁਰਿਆ ਫਿਰਦਾ ਤਬਲੀਸ ਇਹ ਜਿਆ ਕੰਮ ਨਾ ਕਰਿਆ ਕਰੋ ਜਿੱਥੇ ਕਿਤੇ ਤੁਹਾਨੂੰ ਇੱਕ ਵਾਰੀ ਜੌਬ ਮਿਲ ਗਈ ਉ ਮਤਲਬ ਆਹ ਦੇਦਰ ਲੈਣੀ ਬਹੁਤ ਔਖੀ ਐ ਪਲੀਜ਼ ਇਹ ਕੰਮ ਨਾ ਕਰਿਆ ਕਰੋ ਯਾਰ ਠੀਕ ਐ ਜੇ ਤੁਹਾਡੀ ਸਿਲੈਕਸ਼ਨ ਹੋ ਗਈ ਜੇ ਤੁਸੀਂ ਪੰਗਾ ਲੈਣਾ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਜੇ ਪੰਜਾਬ ਦੇ ਵਿੱਚ ਕਿਤੇ ਇੱਕ ਜੋਬ ਮਿਲ ਗਈ ਤੁਹਾਨੂੰ ਕਲੈਰੀਕਲ ਲੈਵਲ ਦੀ ਠੀਕ ਐ ਮੁੜ ਕੇ ਹੋਰ ਪੋਸਟਾਂ 'ਚ ਪੰਗਾ ਨਾ ਲਓ ਜੇ ਤੁਸੀਂ ਪੰਗਾ ਲੈਣਾ ਯੂਪੀਐਸਸੀ ਦੇ ਵਿੱਚ ਲੋ ਕਿਉਂਕਿ ਇੱਕ ਅਲੱਗ ਹੈ ਇੰਡੀਪੈਂਡੈਂਟ ਬਾਡੀ ਐ ਇੱਕ ਪੀਸੀਐਸ ਦੇ ਵਿੱਚ ਪੰਗਾ ਲਓ ਪੀਪੀਐਸਸੀ ਦੇ ਵਿੱਚ ਪੰਗਾ ਲਓ ਇਹ ਪੋਸਟਾਂ 'ਚ ਪੰਗਾ ਲਓ ਜਿਹੜੀਆਂ ਕਿ ਆਫੀਸਰ ਰੈਂਕ ਕਰਾਂ ਪਰਤਣਗੀਆਂ ਕਲਰਿਕਲ ਦੀਆਂ ਭਾਰਤੀਆਂ ਪੀਐਸਪੀਸੀਐਲ ਜਿੱਥੇ ਫਿਰਦੇ ਉਹ ਹੀ ਕੋਆਪਰੇਟ ਚ ਪੇਪਰ ਕਲੀਅਰ ਕਰਕੇ ਤੁਰੇ ਫਿਰ ਉਧਰੋਂ ਛੱਡ ਕੇ ਉਧਰ ਭੱਜ ਜਾਓ ਉਧਰ ਛੱਡ ਕੇ ਖੇਡਾ ਨਾ ਕਰੋ ਇਹ ਠੀਕ ਹੈ ਇਹ ਖੇਡਾ ਬੰਦ ਕਰ ਦਿਓ ਆਪਣੇ ਪੰਜਾਬ ਦੇ ਜਿਹੜੇ ਹੋਰ ਕੋਈ ਬੱਚਾ ਉਹ ਵੀ ਆਪਣਾ ਵੀਰ ਭੈਣ ਹੈ ਹਨਾ ਆਪਦੇ ਲਾ ਕੇ ਦੇਖੋ ਜੇ ਹੁਣ ਕਹ ਲਉ ਆਪਣੇ ਮੂਰੇ ਕੋਈ ਬੱਚਾ ਇਹ ਕਲੀਜ ਜਾਵੇ ਤਾਂ ਆਪਣਾ ਕਿੰਨਾ ਨੁਕਸਾਨ ਹੋਊਗਾ ਹਨਾ ਤਾਂ ਇਸੇ ਇਹ ਜਿਹਾ ਕੰਮ ਨਾ ਕਰਿਆ ਕਰੋ ਯਾਰ ਇਹ ਕਿਹੜਾ ਸਰਕਾਰਾਂ ਪਹਿਲਾਂ ਮਾਰੀ ਜਾਂਦੀਆਂ ਇੱਕ ਬੱਚੇ ਜਿਹੜੇ ਇਹ ਜਿਹਾ ਉਹ ਮਾਰ ਦਿੰਦੇ ਐ ਇੱਕ ਦੋ ਨੂੰ ਠੀਕ ਹੈ ਇਹ ਕੰਮ ਨਾ ਕਰਿਆ ਕਰੋ ਬੇਨਤੀ ਹੈ ਤੁਹਾਡੇ ਅੱਗੇ